ਟਾਈਮ ਅਸੀਂ ਪਿੰਡ ਧਿੰਗੜ ਜ਼ਿਲ੍ਹਾ ਮਾਨਸਾ ਅਸੀਂ ਨਾਭਾ ਫਾਊਂਡੇਸ਼ਨ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਵੱਲੋਂ ਚਲਾਏ ਨਵੀਂ ਦਿਸ਼ਾ ਪ੍ਰੋਗਰਾਮ ਅਧੀਨ ਗੈਰ ਮੁਕਤ ਖੇਤੀ ਪਿਛਲੇ 4 ਸਾਲਾਂ ਤੋਂ ਕਰ ਰਹੇ ਹਾਂ ਅਤੇ ਹੁਣ ਸਾਨੂੰ ਪਿਛਲੇ ਸਾਲ ਇੱਕ ਬੈਟਰ ਪਲਾਂਟ ਦਾ ਕਾਲਸਾ ਗਰੁੱਪ ਨੂੰ ਥਰਮਲ ਵੱਲੋਂ ਦਿੱਤਾ ਗਿਆ ਸੀ ਉਹ ਸਾਰੇ ਪਿੰਡਾਂ 'ਚ ਕਵਰ ਨਹੀਂ ਹੁੰਦਾ ਸੀ ਹੁਣ ਸਾਨੂੰ ਅੱਜ ਇੱਕ ਨਵਾਂ ਬੈਟਰ ਪਲਾਂਟ ਨਾਭਾ ਫਾਊਂਡੇਸ਼ਨ ਅਤੇ ਥਰਮਲ ਪਲਾਂਟ ਦੇ ਦਿੱਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।